ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫੋਰੈਸਟ ਗਾਰਡ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ ਬਟ ਕਈ ਸਵਾਲ ਆ ਰਹੇ ਨੇ ਕਿ ਸਰ ਸਾਨੂੰ ਐਗਜ਼ਾਮੀਨੇਸ਼ਨ ਸੈਂਟਰ ਬਾਰੇ ਨਹੀਂ ਪਤਾ ਲੱਗ ਰਿਹਾ ਦੇਖੋ ਜਦੋਂ ਇਹਨਾਂ ਦੀ ਆਫੀਸ਼ਲ ਵੈੱਬਸਾਈਟ ਤੇ ਜਾਵਾਂਗੇ ਇੱਥੇ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਜਾਂਦਾ ਹੈ ਕਿ 11 ਨਵੰਬਰ 2000 ਬਾਈ ਤੋਂ ਬਾਈ ਨੂੰ ਪਤਾ ਲੱਗੂਗਾ ਕਿ ਤੁਹਾਡਾ ਐਗਜ਼ਾਮੀਨੈਂਸ ਦਾ ਸੈਂਟਰ ਐਡਰੈਸ ਕਿੱਥੇ ਆ ਠੀਕ ਹੈ ਤਾਂ ਹਲੇ ਸੋਚੋ ਨਾ 11 ਤਰੀਕ ਨੂੰ ਚੈੱਕ ਕਰ ਲਓ ਇਹਨਾਂ ਦੀ ਆਫੀਸ਼ਲ ਵੈਬਸਾਈਟ ਸਿੱਧਾ ਤੁਹਾਨੂੰ ਇਹਨਾਂ ਦਾ ਐਗਜ਼ਾਮੀਨੇਸ਼ਨ ਸੈਂਟਰ ਹੈ ਉਸ ਬਾਰੇ ਪਤਾ ਲੱਗ ਜਾਊਗਾ ਪਤਾ ਕਿਵੇਂ ਲੱਗੇਗਾ ਜਿਵੇਂ ਕਿ ਹੁਣ ਆਪਾਂ ਇੱਥੇ ਚੈੱਕ ਕਰ ਸਕਦੇ ਐਗਜ਼ਾਮੀਨੈਂਸ ਸੈਂਟਰ ਵਿੱਚ ਇੱਥੇ ਕੀ ਲਿਖਿਆ ਹੋਇਆ ਚੰਡੀਗੜ੍ਹ ਯੂਟ ਮਹਾਲੀ ਜਲੰਧਰ ਠੀਕ ਹੈ ਫਤਿਹਗੜ੍ਹ ਸਾਹਿਬ ਤੇ ਰੋਪੜ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਜਦੋਂ ਤੁਹਾਡਾ ਐਗਜ਼ਾਮੀਨੇਸ਼ਨ ਸੈਂਟਰ ਜਾਰੀ ਕਰ ਦਿੱਤਾ ਹੈ ਉਹ ਸਿੱਧਾ ਕਲਰ ਨਾਮ ਆ ਜਾਏਗਾ ਤੁਹਾਡ ਜਾਂ ਪੂਰਾ ਨਾਮ ਆ ਜਾਏਗਾ ਸਕੂਲ ਦਾ ਜਿੱਥੇ ਵੀ ਤੁਹਾਡਾ ਐਗਜ਼ਾਮ ਹੋਵੇਗਾ ਠੀਕ ਹੈ ਜਾਂ ਜਲੰਧਰ ਮੁਹੱਲੀ ਜੋ ਵੀ ਉਰੇ ਆ ਜਾਏਗਾ ਉਥੇ ਦਾ ਸਕੂਲ ਐਡਰੈਸ ਜਿਹੜੀ ਵੀ ਗਲੀ ਨੰਬਰ ਹੋਵੇਗਾ ਸਾਰਾ ਕੁਝ ਲਿਖਿਆ ਮਿਲ ਜਾਈਗਾ ਤਾਕਰ ਕੇ ਟੈਨਸ਼ਨ ਨਾ ਲੋ 11 ਤਰੀਕ ਨੂੰ ਮੈਂ ਆਲਰੇਡੀ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾ ਦੇਵਾਂਗਾ ਤੇ ਪੂਰੀ ਡਿਟੇਲ ਤੁਹਾਨੂੰ ਦੱਸ ਦਿਆਂਗਾ ਕਿ ਕਿਵੇਂ ਚੈੱਕ ਕਰਨੀ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਇਨਫੋਰਮੇਸ਼ਨ ਦੱਸਣੀ ਸੀ ਇੱਥੇ ਇਹਨਾਂ ਨੇ ਇੱਕ ਸੈਲਫ ਡਿਕਲੇਰੇਸ਼ਨ ਫਾਰਮ ਦਿੱਤਾ ਹੋਇਆ ਠੀਕ ਅੰਡਰਟੇਕਿੰਗ ਕੋਵਿਡ ਬਸ ਇਹ ਪ੍ਰਿੰਟ ਕਰਾਉਣਾ ਤੁਸੀਂ ਇੱਥੇ ਆਪਣਾ ਨਾਮ ਲਿਖਣਾ ਠੀਕ ਹੈ ਅਤੇ ਆਪਣੇ ਫਾਦਰ ਦਾ ਨਾਮ ਲਿਖਣਾ ਤੇ ਆਪਣਾ ਸ਼ਹਿਰ ਦਾ ਨਾਮ ਲਿਖ ਦੇਣਾ ਇੱਥੇ ਠੀਕ ਹੈ ਇਹ ਕਰਕੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਜਸਟ ਆਪਣੇ ਸਿਗਨੇਚਰ ਕਰਨੇ ਇੱਥੇ ਇਸ ਦਾ ਪ੍ਰਿੰਟ ਨਾਲ ਲੈ ਕੇ ਜਾਣਾ ਤੁਸੀਂ ਐਡਮਿਟ ਕਾਰਡ ਦੇ ਓਕੇ ਇਹ ਚੀਜ਼ ਵੀ ਯਾਦ ਰੱਖਿਓ ਐਂਡ ਇਹ ਇਨਸਟਰਕਸ਼ਨ ਵੀ ਤੁਸੀਂ ਧਿਆਨ ਨਾਲ ਪੜ੍ਹ ਲਓ ਸਭ ਤੋਂ ਪਹਿਲਾਂ ਕੀ ਕਰਨਾ ਕੈਂਡੀਡੇਟ ਮਸਟ ਬ੍ਰਿੰਗ ਐਡਮਿਟ ਕਾਰਡ ਅਲੋਂਗ ਦਾ 1 ਆਈਡੀ ਪ੍ਰੂਫ ਠੀਕ ਹੈ ਇੱਕ ਆਈਡੀ ਪ੍ਰੂਫ ਤੁਸੀਂ ਵੋਟਰ ਕਾਰਡ ਜਾਂ ਆਧਾਰ ਕਾਰਡ ਨਾਲ ਲੈ ਕੇ ਜਾਣਾ ਹੈ ਵਿਦ ਐਡਮਿਟ ਕਾਰਡ ਦੇ ਠੀਕ ਹੈ ਐਡਮਿਟ ਕਾਰਡ ਲੈ ਕੇ ਜਾਣਾ ਤੇ ਆਈਡੀ ਪ੍ਰੂਫ ਲੈ ਕੇ ਜਾਣੀ ਹੈ ਉਹ ਚਾਹੇ ਮੋਟਰ ਕਾਰਡ ਹੋਵੇ ਜਾਂ ਡਰਾਈਵਿੰਗ ਲਾਇਸੈਂਸ ਹੋਵੇ ਜਾਂ ਪਾਸਪੋਰਟ ਹੋਵੇ ਜਾਂ ਆਧਾਰ ਕਾਰਡ ਠੀਕ ਹੈ ਠੀਕ ਹੈ ਐਡਮਿਟ ਕਾਰਡ ਤੇ ਆਧਾਰ ਕਾਰਡ ਕੋਈ ਵੀ ਆਈਡੀ ਪ੍ਰੂਫ ਤੁਹਾਡੇ ਕੋਲ ਨਹੀਂ ਹੈ ਤਾਂ ਤੁਹਾਨੂੰ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਇੰਟਰ ਨਹੀਂ ਹੋਣ ਦਿੱਤਾ ਜਾਵੇਗਾ ਇਹ ਚੀਜ਼ ਵੀ ਯਾਦ ਰੱਖਿਓ ਠੀਕ ਹੈ ਓਕੇ ਦੋਸਤੋ ਇਸ ਗੱਲ ਦਾ ਧਿਆਨ ਰੱਖਿਓ ਐਂਡ ਦੋਸਤੋ ਇੱਕ ਘੰਟਾ ਹੋਰ ਥੋੜੀ ਹੀ ਦੇਰ ਬਾਅਦ 12 ਵਜੇ ਤੱਕ ਮੈਂ ਤੁਹਾਨੂੰ ਕੰਪਿਊਟਰ ਦੀ ਮੈਰਾਥਨ ਕਲਾਸ ਪ੍ਰੋਵਾਈਡ ਕਰਾਵਾਂਗਾ। ਇਸ ਵਿੱਚ ਆਲ ਤੁਹਾਡਾ ਕੰਪਿਊਟਰ ਦੇ ਕੁਐਸਚਨ ਇਨਕਲੂਡ ਹੋਣਗੇ। ਕੰਪਿਊਟਰ ਅਵੇਅਰਨੈਸ ਦੇ ਹੋਣਗੇ, ਬੇਸਿਕ ਆਫ ਕੰਪਿਊਟਰ, ਇੰਟਰਨੈਟ, ਨੈਟਵਰਕਿੰਗ ਦੇ ਹੋਣਗੇ ਤੇ ਐਮ ਐਸ ਆਫਿਸ ਦੇ ਹੋਣਗੇ। ਸਾਰੇ ਹੀ ਕੁਐਸਚਨ ਮਿਕਸ ਹੋਣਗੇ ਠੀਕ ਹੈ। ਮਤਲਬ ਇੱਕ ਕਲਾਸ ਤੁਹਾਡਾ ਸਾਰਾ ਹੀ ਕੰਪਿਊਟਰ ਕਵਰ ਕਰ ਦੇਗੀ। ਤਾਂ ਕਰਕੇ ਹੁਣ ਮੈਨੂੰ ਕੀ ਸਿਰਫ 200 ਸਬਸਕ੍ਰਾਈਬਰ ਦੀ ਲੋੜ ਹੈ ਤਾਂ ਕਿ ਮੇਰੇ 45000 ਸਬਸਕ੍ਰਾਈਬਰ ਕੰਪਲੀਟ ਹੋ ਹੁਣ ਤੁਸੀਂ ਦੇਖਣਾ ਕਿਵੇਂ ਇਹ 45000 ਸਬਸਕ੍ਰਾਈਬਰ ਕੰਪਲੀਟ ਕਰਾਉਣੇ ਨੇ ਜਲਦੀ ਨਾਲ ਸ਼ੇਅਰ ਕਰ ਦਿਓ ਵੀਡੀਓ ਤੇ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਵੀ ਕਰ ਦਿਓ ਓਕੇ ਇਸ ਤੋਂ ਬਾਅਦ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰੀਏ 120 ਸਿੰਗਲ ਰਿਸਪੌਂਸ ਮਲਟੀਪਲ ਚੁਆਇਸ ਕੁਐਸਚਨ ਹੋਣਗੇ 120 ਕੁਐਸਚਨਾਂ ਦਾ ਪੇਪਰ ਹੋਵੇਗਾ ਠੀਕ ਹੈ ਇਸ ਤੋਂ ਬਾਅਦ ਕਈ ਬੱਚੇ ਪੁੱਛ ਰਹੇ ਸੀ ਕਿ 네ਗੇਟਿਵ ਮਾਰਕਿੰਗ ਹੈ ਜਾਂ ਨਹੀਂ ਤਾਂ ਇੱਥੇ 네ਗੇਟਿਵ ਮਾਰਕਿੰਗ ਵੀ ਹੈ ਜੇ ਚਾਰ ਸਵਾਲ ਗਲਤ ਹੈ ਤਾਂ ਇੱਕ ਨੰਬਰ ਤੁਹਾਡਾ ਕੱਟਿਆ ਜਾਵੇਗਾ ਓਕੇ ਯਾਦ ਰੱਖਿਓ ਇਸ ਤੋਂ ਇਲਾਵਾ ਕੋਈ ਐਕਸਟਰਾ ਰਾਈਟਿੰਗ ਜਾਂ ਆਨਸਰ ਸ਼ੀਟ ਨਹੀਂ ਮਿਲੇਗੀ ਸ਼ੁੱਡ ਨਾਟ ਬੀ ਐਨੀ ਐਕਸਟਰਾ ਰਾਈਟਿੰਗ ਜਾਂ ਆਨਸਰ ਸ਼ੀਟ ਠੀਕ ਹੈ ਉਹ ਇਹ ਵੀ ਯਾਦ ਰੱਖਿਓ ਕੋਈ ਵੀ ਐਕਸਟਰਾ ਸ਼ੀਟ ਨਹੀਂ ਮਿਲੇਗੀ ਖਾਲੀ ਪੇਜ ਮਿਲੇਗਾ ਜੇ ਤੁਸੀਂ ਸਵਾਲ ਸੋਲਵ ਕਰਨਾ ਹੈ ਉੱਥੇ ਤੁਹਾਨੂੰ ਇੱਕ ਐਕਸਟਰਾ ਪੇਜ ਕੁਐਸਚਨ ਪੇਪਰ ਦੇ ਪਿੱਛੇ ਦੇ ਦਿੱਤਾ ਜਾਵੇਗਾ ਆ ਹੋਰ ਬਾਕੀ ਸਾਰਾ ਕੁਝ ਇੱਕ ਵਾਰੀ ਧਿਆਨ ਨਾਲ ਪੜ੍ਹ ਲਿਓ ਤੁਸੀਂ ਕੋਈ ਜਿਆਦਾ ਦੱਸਣ ਵਾਲੀ ਗੱਲ ਨਹੀਂ ਹੈ ਤੇ ਕੋਈ ਵੀ ਆਪਾਂ ਘੜੀ ਵਾਚ ਵਗੈਰਾ ਨਾਲ ਲੈ ਕੇ ਜਾਈਏ ਤਾਂ ਬੈਟਰੀਆਂ ਮੋਬਾਈਲ ਨੰਬਰ ਕੁਝ ਵੀ ਇੰਟਰ ਹੋਣ ਨਹੀਂ ਦਿੱਤਾ ਜਾਵੇਗਾ ਤੇ ਬਾਕੀ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਓਕੇ